हाईवे 10 और डेयरी के इलाके के फिर दफ्तर है प्रवीन अरोड़ा होरां दा, मेरे लाइन पर आ गए हैं, आओ उन्होंने भी कराइए तुहाडी गलबात। प्रवीन स्वागत करते हैं। पिछले हफ्ते दौरान अजे तक रियल स्टेट के फील्ड में ग्रीन बैल्ट दे जरूर कल प्रीमियर ने एकदम यू टर्न मार लिया है और अपनी गलती भी मनी है, तो मेरे ख्याल ग्रीन बैल्ट दे जो कहिंदे सी मैं घर बनाने इत्थे 1.5 लाख घर मैं बनाना ग्रीन बैल्ट की जगह वरत के, हुण मेरे ख्याल नवी थान लभी जाएगी जिन्हां लोकां ने ग्रीन बैल्ट दे ले सी इत्थे जगह जमीन खरीद ली सी और बिलनर बनने दे सुपने लै रहे सी, उन्हां दे सुपने हुण धरे धराए रह जाणगे। ਸਹੀ ਸਾਹਿਬ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਇਹ ਕੱਲ ਜਿਵੇਂ ਕਹ ਲੋ ਕਿ ਇੱਕਦਮ ਹੀ ਇਹ ਬੜਾ ਅਚਨਚੇਤ ਜਿਹੜਾ ਇਹਨਾਂ ਨੇ ਚੀਜ਼ ਕੀਤੀ ਹੈ ਕਿ ਉਹ ਚੇਂਜ ਕਰ ਦਿੱਤਾ, ਜੋ ਕਿ ਲੱਗ ਹੀ ਰਿਹਾ ਕਿ ਪਹਿਲਾਂ ਇਹਨਾਂ ਨੇ ਮਤਲਬ ਉਹ ਸਟੈਪ ਸੀ ਜਿਹੜਾ ਠੀਕ ਨਹੀਂ ਸੀ ਸਟੈਪ ਉਠਾਇਆ ਗਿਆ, ਉਹਦੇ 'ਚ ਕਈ ਚੀਜ਼ਾਂ ਸੀ ਜਿਹਨਾਂ ਨੂੰ ਇਗਨੋਰ ਕੀਤਾ ਗਿਆ ਮਤਲਬ। ਬਾਕੀ ਜੇ ਹੁਣ ਆਪਾਂ ਇੱਥੋਂ ਦੀ ਆਪਣੀ ਜੀ ਟੀ ਏ ਦੀ ਮਾਰਕੀਟ ਬਾਰੇ ਗੱਲ ਕਰੀਏ ਤਾਂ ਜੀ ਟੀ ਏ ਦੀ ਮਾਰਕੀਟ ਦੇ ਬਾਰੇ ਮੈਂ ਥੋੜ੍ਹਾ ਜਿਹਾ ਅਪਡੇਟ ਦੇਣਾ ਚਾਹੁੰਦਾ ਕਿ ਜਦੋਂ ਦਾ ਇੰਟਰਸਟ ਰੇਟ ਹੋਲਡ ਹੋਇਆ ਜੀ, ਉਸ ਤੋਂ ਬਾਅਦ ਨੰਬਰ ਆਫ ਸੇਲਸ ਥੋੜੀਆਂ ਜਿਹੀਆਂ ਵਧੀਆ ਨੇ, ਪਰ ਬਹੁਤ ਜ਼ਿਆਦਾ ਨਹੀਂ ਵਧੀਆ ਨੰਬਰ ਆਫ ਸੇਲਸ, ਕਿ ਜਿਵੇਂ ਲੱਗ ਰਿਹਾ ਸੀਗਾ ਕਿ ਸ਼ਾਇਦ ਇੰਟਰਸਟ ਰੇਟ ਹੋਲਡ ਹੋ ਜਾਏਗਾ ਤਾਂ ਉਹਦੇ ਨਾਲ ਕਾਫੀ ਜ਼ਿਆਦਾ ਮਾਰਕੀਟ ਦੇ ਵਿੱਚ ਐਕਟੀਵਿਟੀ ਵੱਧ ਜਾਏਗੀ। ਉਹਦਾ ਇੱਕ ਰੀਜ਼ਨ ਇਹ ਵੀ ਲੱਗ ਰਿਹਾ ਕਿਉਂਕਿ ਬੈਂਕ ਆਫ ਕੈਨੇਡਾ ਨੇ ਇਹ ਵੀ ਗੱਲ ਕੀਤੀ ਆ ਕਿ ਜੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਉਹਨਾਂ ਨੂੰ ਜ਼ਰੂਰਤ ਪਈ ਤਾਂ ਇੰਟਰਸਟ ਰੇਟ ਆ ਜਿਹੜਾ ਵਧਾਇਆ ਜਾਏਗਾ। ਉਸ ਤੋਂ ਬਾਅਦ ਥੋੜ੍ਹਾ ਜਿਹਾ ਇਨਫਲੇਸ਼ਨ ਦੀਆਂ ਫਿਗਰਸ ਵੀ ਹਾਈ ਆਈਆਂ ਨੇ, ਉਹਦੇ ਕਰਕੇ ਵੀ ਥੋੜ੍ਹਾ ਜਿਹਾ ਲੋਕੀ ਹੋਰ ਥੋੜ੍ਹਾ ਜਿਹਾ ਕੌਸ਼ੀਅਸ ਹੋ ਗਏ ਕਿ ਵੀ ਇਹ ਨਾ ਹੋਵੇ ਕਿ ਇੰਟਰਸਟ ਰੇਟ ਦੁਬਾਰਾ ਫਿਰ ਵੱਧ ਜਾਵੇ। ਸੋ ਨੰਬਰ ਆਫ ਸੇਲਸ ਜਿਹੜੀਆਂ ਨੇ ਉਹ ਥੋੜੀਆਂ ਵਧੀਆ ਨੇ, ਕੋਈ ਬਹੁਤ ਜ਼ਿਆਦਾ ਨਹੀਂ ਵਧੀਆ। ਬਾਕੀ ਜਿਹੜਾ ਇਨਵੈਂਟਰੀ ਦਾ ਨੰਬਰ ਆ ਉਹ ਵੀ ਥੋੜ੍ਹਾ ਵਧੀਆ, ਕੋਈ ਬਹੁਤ ਜ਼ਿਆਦਾ ਨਹੀਂ। ਕਹਿਣ ਦਾ ਮਤਲਬ ਇਹ ਹੈ ਕਿ ਮਾਰਕੀਟ ਆ ਜਿਹੜੀ ਉਹ ਜਿਸ ਤਰ੍ਹਾਂ ਅੱਜ ਤੋਂ 15-20 ਦਿਨ ਪਹਿਲਾਂ ਸੀ ਉਹ ਉਸੇ ਤਰ੍ਹਾਂ ਮਤਲਬ ਸੇਮ ਪੈਟਰਨ ਦੇ ਵਿੱਚ ਮਾਰਕੀਟ ਚੱਲ ਰਹੀ ਆ। ਮਤਲਬ ਇੰਟਰਸਟ ਰੇਟ ਹੋਲਡ ਹੋਣ ਦਾ ਮਾਰਕੀਟ ਦੇ ਉੱਤੇ ਕੋਈ ਬਹੁਤ ਲੰਬਾ ਚੌੜਾ ਇੰਪੈਕਟ ਆ ਜਿਹੜਾ ਉਹ ਆਪਾਂ ਨੂੰ ਦੇਖਣ 'ਚ ਨਹੀਂ ਮਿਲ ਰਿਹਾ। ਠੀਕ ਹੈ ਜੀ, ਔਰ ਕੋਈ ਵੀ ਸਲਾਹ ਤੁਸੀਂ ਲੈਣੀ ਹੋਵੇ ਰੀਅਲ ਸਟੇਟ ਦੀ, ਬਿਲਕੁਲ ਫਰੀ ਕੰਸਲਟੇਸ਼ਨ ਹੈ, ਪ੍ਰਵੀਨ ਹੋਰਾਂ ਨਾਲ ਬੈਠੋ, ਚਾਹ ਪਾਣੀ ਪੀਓ, ਗੱਲਬਾਤ ਕਰੋ, ਬਹੁਤ ਖੁਸ਼ੀ ਖੁਸ਼ੀ ਨਾਲ ਤੁਹਾਨੂੰ ਇਹ ਬਿਲਕੁਲ ਫਰੀ ਸਲਾਹ ਦੇਣਗੇ। ਹਾਂ, ਉਸ ਤੋਂ ਬਾਅਦ ਤੁਸੀਂ ਪ੍ਰਾਪਰਟੀ ਲੈਣੀ ਹੈ ਨਹੀਂ ਲੈਣੀ ਹੈ ਉਹ ਤੁਹਾਡਾ ਫੈਸਲਾ ਹੁੰਦਾ ਹੈ, ਅਤੇ ਜੇ ਕੋਈ ਪ੍ਰਾਪਰਟੀ ਲੈਣ ਬਾਰੇ ਸੋਚ ਰਹੇ ਹੋਵੋ ਅਤੇ ਵਿਚਾਰ ਕਰ ਰਹੇ ਹੋਵੋ, ਸਲਾਹ ਲੈਣੀ ਉਹਦੇ ਬਾਰੇ ਵੀ ਚਾਹੋ ਤਾਂ ਉਹਦੇ ਲਈ ਵੀ ਕਾਲ ਕਰ ਲਓ 416-910-9923 416-910-8923। ਪ੍ਰਵੀਨ ਅਰੋੜਾ ਹੋਰਾਂ ਦੇ ਦਫ਼ਤਰ ਦਾ ਫੋਨ ਨੰਬਰ ਹੈ। ਪ੍ਰਵੀਨ ਅਗਲੇ ਵੀਕਐਂਡ ਫਿਰ ਕਰਦੇ ਹਾਂ, ਅਗਲੇ ਫਰਾਈਡੇ ਫਿਰ ਕਰਦੇ ਹਾਂ ਗੱਲ।